ਕੈਨੇਡਾ ਟੂਰਿਸਟ ਵੀਜ਼ਾ ਤੇ ਜਾਣ ਵਾਲੇ ਕੈਂਡੀਡੇਟ ਇਸ ਚੀਜ਼ ਦਾ ਧਿਆਨ ਰੱਖ ਲਿਓ, ਖਾਸ ਕਰ ਉਹ ਕੈਂਡੀਡੇਟ ਜਿਹੜੇ ਕਿ ਸਿਰਫ ਪਾਸਪੋਰਟ ਫੜਾ ਕੇ ਏਜੰਟ ਨਾਲ ਇਹ ਡੀਲ ਕਰਕੇ ਆਉਂਦੇ ਆ ਵੀ ਅਸੀਂ ਰੀਚ ਤੇ ਪੈਸੇ ਦਵਾਂਗੇ। ਉਹਨਾਂ ਨੂੰ ਕੁਛ ਨਹੀਂ ਪਤਾ ਵੀ ਉਹਨਾਂ ਦੇ ਡਾਕੂਮੈਂਟਸ 'ਚ ਕੀ ਲੱਗਿਆ, ਕਿਹਦੀ ਇਨਵੀਟੇਸ਼ਨ ਲੱਗੀ ਆ, ਸੀਏ ਰਿਪੋਰਟ, ਆਈਟੀਆਰਾਂ 'ਚ ਕੀ ਲੱਗਿਆ। ਉਹ ਬੱਚੇ ਖਾਸ ਕਰਕੇ ਇਸ ਚੀਜ਼ ਦਾ ਧਿਆਨ ਰੱਖ ਲੈਣ। ਪਿੱਛੇ ਕੁਛ ਟਾਈਮ ਤੋਂ ਇਹ ਚੀਜ਼ ਦੀ ਕੰਪਲੇਂਟ ਆ ਰਹੀ ਆ, ਏਜੰਟਸ ਕੀ ਕਰਦੇ ਆ, ਇਨਵੀਟੇਸ਼ਨ ਕਿਸੇ ਦਾ ਵੀ ਲਾ ਦਿੰਦੇ ਆ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ ਤੇ ਨਾ ਹੀ ਉਹਨੂੰ ਤੁਹਾਡਾ ਪਤਾ। ਹੁਣ ਕਈ ਵਾਰੀ ਇਮੀਗ੍ਰੇਸ਼ਨ ਤੇ ਜਿਹੜੇ ਆਫੀਸਰਸ ਹੁੰਦੇ ਆ ਉਹ ਉਸ ਬੰਦੇ ਨੂੰ ਕਾਲ ਕਰ ਲੈਂਦੇ ਆ ਜਿਹਦਾ ਇਨਵੀਟੇਸ਼ਨ ਲੱਗਾ ਹੁੰਦਾ, ਤੇ ਉਸ ਬੰਦੇ ਨੂੰ ਕੁਝ ਪਤਾ ਨਹੀਂ ਹੁੰਦਾ, ਨਾ ਹੀ ਤੁਹਾਨੂੰ ਉਹਦਾ, ਨਾ ਹੀ ਉਹਨੂੰ। ਫਿਰ ਪ੍ਰੋਬਲਮ ਕਿਹਨੂੰ ਆਉਣੀ ਆ? ਪ੍ਰੋਬਲਮ ਤੁਹਾਨੂੰ ਆਉਣੀ ਆ, ਕਿਉਂਕਿ ਮੈਨੂੰ ਪਤਾ ਵਾ ਵੀ ਇਕੱਲੇ ਪਾਸਪੋਰਟ ਫੜਾ ਕੇ ਜਿਹੜੇ ਆਪਦੀ ਡੀਲ ਕਰਕੇ ਆਉਂਦੇ ਆ 20 25 25 ਲੱਖ 'ਚ ਡੀਲਾਂ ਹੁੰਦੀਆਂ ਜਿਹੜੀਆਂ, ਉਹਨਾਂ 'ਚੋਂ ਕੁਛ ਨਹੀਂ ਵਾਪਸ ਮੁੜਨਾ। ਸੋ ਇਸ ਚੀਜ਼ ਦਾ ਧਿਆਨ ਰੱਖੋ ਵੀ ਜੋ ਵੀ ਤੁਹਾਡੇ ਜੈਨੂਅਨ ਡਾਕੂਮੈਂਟ ਆ, ਜੇ ਤੁਸੀਂ ਅਪਲਾਈ ਹੀ ਕਰਾਉਣਾ ਉਹਨਾਂ ਦੇ ਬੇਸ ਤੇ ਕਰਵਾ ਦਿਓ। ਰਿਫਿਊਜ਼ਲ ਆ ਦੂਗੀ ਜ਼ਿਆਦਾ ਤੋਂ ਜ਼ਿਆਦਾ, ਪੈਸੇ ਵੱਧ ਤੋਂ ਵੱਧ ਤੁਹਾਡੀ ਐਮਬੈਸੀ ਫੀਸ ਤੇ ਬਾਇਓਮੈਟ੍ਰਿਕ ਦੇ ਖਰਾਬ ਹੋ ਜੂਗੇ। ਬਟ ਇਸ ਤਰੀਕੇ ਦੇ ਨਾਲ ਜੇ ਕੰਮ ਕਰੋਗੇ ਨਾ ਤਾਂ ਬੈਨ ਵੀ ਹੋ ਸਕਦੇ ਹੋ, ਬਾਅਦ ਨੂੰ ਕਿਸੇ ਕੰਟਰੀ ਕੈਨੇਡਾ ਜਾਣ ਦਾ ਵੀ ਬਾਅਦ ਨੂੰ ਮੌਕਾ ਨਹੀਂ ਮਿਲਣਾ। ਸੋ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਦੇ ਹੋ। ਥੈਂਕ ਯੂ ਸੋ ਮਚ।